ਸਹੀ ਗੱਲ ਹੈ ਉਹ ਤੂੰ ਕਰਮ ਰਹਿ ਤੂੰ ਆ ਜਾਊਗੀ ਹਾਂ ਹਾਂ ਬਈ ਕਿਹੜੇ ਵੀ ਇਹ ਆਪਣੀ ਕੀ ਮੰਗਿਆ ਜੀ ਮੈਂ ਦੇਣ ਲੈਣ ਦੀ ਰੱਜੂ ਨਾ ਤਾਂ 22000 ਰੁਪਏ ਮੰਗਿਆ ਪੱਠਾ ਮਗਰ ਕਹਿਰੀ ਪੱਠਾ ਮਗਰ ਕਹਿਰੀ ਹਾਂ ਕਾਲੀ ਸ਼ਾਹ ਜੀ ਅੱਛਾ ਇੱਧਰ ਆ ਜਾ ਤੂੰ ਬੱਕਰੀ ਦੀ ਚੰਗੀ ਹੈ ਤੇ ਲਾਣੇਦਾਰ ਵੀ ਬੰਦਾ ਚੰਗਾ ਹੈ ਉਹ ਤਾਂ ਹੈ ਹੀ ਹੈ ਚੰਗਾ ਕਾਲੀ ਪੱਗ ਵਾਲਾ ਬੜਾ ਹੈ ਜਵਾਕ ਆ ਛੋਟਾ ਜਿਹਾ फर्क रह गया 6000 मैं जमा जी कहने घर वास्ते बच्चे वास्ते लेनी किन्ने दी मां भी देण लेना 22000 सारी दे दंगा मेरा मैं बच्चे दा मारा जा को मैं थोड़े जमी मैं पहली लागदा मारा मैं दे नाल आया पट्ठे पूरी चंगी देख लागदा मारा भाई मैं नाल आया जी मैं कह कोई दवा ले लेओ जी साई सी साई बड़ा कोई साई दे दे 300 ਰੁਪਏ ਦੂਜੇ ਦਾ ਪਤ ਨਹੀਂ 100 ਖਾਏ ਤਾਂ ਸੋਦੇ ਨਹੀਂ ਹੁੰਦੇ ਬਹੁਤ ਦਾ ਕਾਰੀ ਹੈ ਕੋਈ ਕਿਉਂ ਜੀ ਜ਼ਹਿਰ ਆਪੇ ਮਿੜਕਲੋ ਹੁਣ ਮੈਂ ਤਾਂ ਇਹਨੂੰ ਜਿੱਥੇ ਤੱਕ ਡੱਕਰੇ ਗਿਆ ਡੱਕਰੂੰਗਾ ਜੇ ਖੜੂਗਾ ਖੜਾਵਾਂਗੇ ਨਹੀਂ ਆਉਂਦਾ ਆਪਦੇ ਘਰ ਨੂੰ ਜਾਵਾਂਗੇ शाम नू कर लांगे कोई ना शाम नू कर दिया गल बात केड़े पिंडों बोल दे गंगा नगर तो हां दसो तो चल शाम नू कर लांगे टिकाई ना गल वीडियो खराब हो जी यार होर ₹17000 दम है माड़ा मोटा मेरे वास्ते जवाख दा हो अपने ताक
लख लुक बन लगे मुड़े पहले पैसे हाँ ये हो गया वादा घाटा गल करते हैं बनिया भाई बेचने वाली कोई गल एक निशाना है ये मारो गोले दे दब के करा दसो फिर कि बेचनी मैं निशाना जी है बकरी खर्चा बड़ा जा यार हिमाचल चो आया उचिया पहाड़िया तो बेचारा मसा उतर के नहीं थोड़े टिब्बे कि प्लेन धरती सारा चकना पऊगा आसाई छी है ਬਈ ਬੱਕਰੀ ਦਿਖਾਉਣ ਇਹ ਰੰਜਾ ਰਾਜੀ ਕਰੇ ਜੀ ਸੁਭਾਲ ਦੇ ਕਿਉਂ ਤਗਾ ਕੀ ਤੈਨੂੰ ਪੱਠੇ ਦੋਵੇਂ ਕੀ ਦੇਖੂੰ ਹਾਂ ਧਰ ਤੂੰ ਰੱਖ ਲੋ ਭਾਈ ਇਹ ਪੈਸੇ ਫੇਰ ਬਣਾਂਗੇ ਕਹਿੰਦਾ ਮਾਰ ਕੇ ਦੇ ਦੋ ਆਪ ਫਿੱਟ ਕਰ ਨੂੰ ਮੈਨੂੰ ਦੋ ਸੁਣਾ ਦੇ ਕਿਉਂ ਜੀ ਮੈਨੂੰ ਦੋ ਸੁਣਾ ਦੇ ਕਿਉਂ ਵੀ ਨੰਗਰ ਆਪ ਫਿੱਟ ਪੱਠੇ ਦੋਵੇਂ ਵੱਟ ਵੱਖਰਾ ਜੀ ਚੱਲ ਫਿੱਟ ਕਰ ਦੂੰ ਨਾ ਵੱਟ ਕਰ ਨਹੀਂ ਕੱਲ ਨੂੰ ਮੈਨੂੰ ਤੁਸੀਂ ਗਾਲ ਲੱਗਾ ਲੋਕ ਪਿੱਛੋਂ ਇਹ ਰਾਜੂ ਨੇ ਦਵਾਈ ਹੈ साढ़े पच्ची हजार का सौदा हो गया ਭਾਈ ਹਿਮਾਚਲ ਤੋਂ ਆਏ ਨੇ ਬੱਕਰੀ ਲੈਣ ਹਾਂ ਇਹ ਤਾਂ ਬੱਕਰੀ ਵੀ ਖੋਲ ਦੇਣਗੇ
ਦੋ ਬੱਕਰ ਛੱਡ ਦੇ ਭਾਈ ਛੱਡ ਦੇ ਭਾਈ ਛੱਡ ਹੁਣ ਬਾਈ ਤੇਰੇ ਹੋ ਗਏ ਜੋ ਜੀ ਠੀਕ ਹੈ ਠੀਕ ਹੈ ਪੈਸੇ ਫਿੱਟਾ ਸੌਦਾ ਲੋ ਭਾਈ ਸਸਤੀ ਦੇ ਨਹੀਂ ਨਹੀਂ ਬਹੁਤ ਸੋਹਣੀ ਬੱਕਰੀ ਵੇਖ ਕੇ ਉਹ ਚੱਲ ਭਾਈ ਇੱਕ ਥੋੜੀ ਆਪਾਂ ਗੱਲ ਤੇ ਫੁੱਲ ਚਾੜ ਤੇ ਤੈਨੂੰ ਹੈ ਜੀ ਅੱਛਾ ਛੀ ਅਗਰ ਸੱਤ ਅੱਠ ਸੁੱਕਾ ਕਿੱਥੇ ਆ ਉਹਨਾਂ ਨੇ ਲਿਖਿਆ साढ़े पच्ची खड़ी रहने बकरी कितने नहीं जाती पहला लिखाई करा काम ठीक है भाई आ बच्चा छड़ दे ਹਾਂਜੀ ਕਿੱਥੇ ਜਾਉਂਗੇ ਸਰ ਬਸ ਲੈ ਜਲਦੀ ਬਾਹਰ ਜਾ ਰਹੇ ਹੋ।